ਚਾਹ ਪੀਓ ਕੱਪ ਖਾਓ, ਇਹ ਸੱਚ? ਹਾਂਜੀ ਹਾਂਜੀ ਸੱਚ ਹੈ ਸਰ, ਸੱਚ ਹੈ। ਦਿਮਾਗ ਚ ਆਇਆ ਸੀਗਾ, ਉਹ ਅਹਿਮਦਾਬਾਦ ਗਏ ਸੀ, ਉਹਨਾਂ ਨੇ ਸਾਰਾ ਸੈਟਅਪ ਉੱਥੇ ਦੇਖਿਆ, ਉਹਨਾਂ ਨੇ ਸੋਚਿਆ ਕਿ ਆਪਣੇ ਅੰਮ੍ਰਿਤਸਰ ਚ ਵੀ ਇਹ ਚੀਜ਼ ਹੋਣੀ ਚਾਹੀਦੀ ਆ। ਕੀ ਕਹਿ ਸਕਦੇ ਅੰਮ੍ਰਿਤਸਰ ਜੀ, ਪੰਜਾਬ ਚ ਪਹਿਲੀ ਤੁਸੀਂ ਸ਼ੁਰੂ ਕੀਤੀ? ਹਾਂਜੀ, ਪੂਰੇ ਪੰਜਾਬ ਚ ਪਹਿਲਾ ਸਟਾਲ ਆਪਣਾ ਹੀ ਹੈ ਸਰ, ਕਾਕਾ ਚਾਹ ਵਾਲਾ। ਕੱਲੀ ਚਾਹ ਹੀ ਹੁੰਦੀ ਕਿ ਕੁਛ ਹੋਰ ਵੀ ਨਾਲ? ਸਰ ਫਿਲਹਾਲ ਆਪਣੇ ਕੋਲ ਚਾਹ ਵਾ, ਆਉਣ ਵਾਲੇ ਸਮੇਂ 'ਚ ਆਪਾਂ ਸੈਂਡਵਿਚ ਵਗੈਰਾ ਰੱਖਾਂਗੇ, ਗ੍ਰਿਲ ਸੈਂਡਵਿਚ ਵਗੈਰਾ ਨਾਲ। ਹਾਂਜੀ, ਇੱਕ ਹੋਰ ਕੀ ਟਾਈਪ ਦੀ ਚਾਹ ਬਣਾ ਲੈਂਦੇ ਤੁਸੀਂ? ਸਰ ਆਪਣੇ ਕੋਲ ਲਾਚੀ ਫਲੇਵਰ ਹੈਗਾ ਜੇ, ਕੜਕ ਮਸਾਲਾ ਹੈਗਾ ਜੇ, ਅਤੇ ਚੋਕਲੇਟ ਫਲੇਵਰ ਹੈਗਾ ਆਪਣੇ ਕੋਲ, ਅਤੇ ਜਿੰਜਰ ਫਲੇਵਰ ਹੈਗਾ। ਹਾਂਜੀ, ਚਾਰ ਤਰ੍ਹਾਂ ਦੀ ਆਪਣੇ ਕੋਲ ਚਾਹ ਹੈਗੀ ਸਰ। ਸਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਕੰਮ ਦੀ ਕੋਈ ਸ਼ਰਮ ਨਾ ਕਰਨ, ਕਿ ਅਸੀਂ ਪਲੱਸ ਟੂ ਕੀਤੀ ਆ, ਅਸੀਂ BA ਕੀਤੀ ਆ, ਅਤੇ ਅਸੀਂ ਰੇਹੜੀ ਨਹੀਂ ਖੋਲ੍ਹ ਸਕਦੇ ਜਾਂ ਅਸੀਂ ਆਟੋ ਨਹੀਂ ਚਲਾ ਸਕਦੇ। ਕੰਮ ਭਾਈ ਕੋਈ ਛੋਟਾ ਵੱਡਾ ਨਹੀਂ ਹੈਗਾ, ਬਸ ਮਿਹਨਤ ਕਰੋ ਆਪਣੀ, ਪਰਮਾਤਮਾ ਨੇ ਜਦੋਂ ਸੁਣਨੀ ਉਹਨੇ ਸੋਹਣੀ ਲੈਣੀ ਆ। ਹਾਂਜੀ, ਮੈਂ ਦੇਖ ਰਿਹਾ ਕਿ ਤੁਸੀਂ ਮਤਲਬ ਕਿ ਬੜਾ ਗਲਵਸ ਗਲੂਵਸ ਪਾ ਕੇ ਕੰਮ ਕਰ ਰਹੇ ਹੋ, ਅਤੇ ਨੀਟ ਐਂਡ ਕਲੀਨ, ਤੁਹਾਡਾ ਕੋਨਸੈਪਟ ਵੀ ਬੜਾ ਵਧੀਆ। ਇਹ ਸਰ ਐਕਚੁਲੀ ਮੈਂ ਸਭੇ ਕੰਮ ਕੀਤਾ ਸੀ ਨਾ, ਤੁਹਾਨੂੰ ਦੱਸਦਾ ਪਿਆ, 1.5 ਸਾਲ ਉੱਥੋਂ ਹੀ ਮੈਂ ਬਸ ਹਾਈਜੀਨ ਦਾ ਸਿੱਖਿਆ ਕਿ ਯਾਰ ਸਾਫ਼ ਸਫਾਈ ਚੀਜ਼ ਦੇਵਾਂਗੇ ਕਸਟਮਰ ਨੂੰ, ਫਿਰ ਹੀ ਕਸਟਮਰ ਦੁਬਾਰਾ ਆਉਂਦਾ ਆਪਣੇ ਕੋਲ। ਸਰ ਜਿਹੜਾ ਆਪਣਾ ਕੱਪ, ਜਿਹੜਾ ਤੁਹਾਨੂੰ ਮੇਨ ਜਿਹੜੀ ਗੱਲ ਕੀਤੀ ਗਈ ਸੀ ਕਿ ਚਾਹ ਵਾਲਾ ਕੱਪ, ਵੈਫਰ ਵਾਲਾ ਕੱਪ, ਉਹ ਇਹ ਕੱਪ ਹੈ ਜਿਹੜਾ ਤੁਸੀਂ ਆਪਣੇ ਸਕਰੀਨ 'ਤੇ ਦੇਖ ਰਹੇ ਹੋ, ਕਿ ਇਸ ਕੱਪ ਦੇ ਵਿੱਚ ਹੀ ਨਾ ਮਤਲਬ ਚਾਹ ਬਣਾਈ ਜਾਂਦੀ ਹੈ, ਚਾਹ ਪਿਆਈ ਜਾਂਦੀ ਆ, ਅਤੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਬੜਾ ਵਧੀਆ ਰਿਸਪੋਂਸ ਆ ਰਿਹਾ। ਤੁਹਾਨੂੰ ਤੁਸੀਂ ਡਾਈਵਰਟ ਨਹੀਂ ਹੋਏ ਕਿ ਕਿਸੇ ਨੇ ਕਿਹਾ ਹੋਵੇ ਕਿ ਆਇਆ ਨਾ ਹੈਗਾ ਕਿ ਤੁਸੀਂ ਡਾਈਵਰਟ ਨਹੀਂ ਹੋਏ? ਸਰ ਨਸ਼ੇ 'ਤੇ ਚਲੋ ਮੈਂ ਝੂਠ ਨਹੀਂ ਮਾਰਾਂਗਾ, ਪਹਿਲੇ ਸਮੇਂ 'ਚ ਮੈਂ ਵੀ ਕਰਦਾ ਸੀਗਾ, ਜਿੱਦਾਂ ਦਾਰੂ ਵਗੈਰਾ ਪੀ ਲੈਣੀ। ਅੱਛਾ, ਜਾਂ ਜਿਸ ਤਰ੍ਹਾਂ ਕੋਈ ਹੋਰ ਨਸ਼ਾ ਕਰ ਲੈਣਾ ਬਈ, ਪਰ ਜਿਹੜੀ ਮੇਨ ਚੀਜ਼ ਹੈਗੀ ਨਾ ਸਰ, ਆਪਾਂ ਮਾਂ ਪਿਓ ਨੂੰ ਆਪਣੇ ਨੂੰ ਦੁਖੀ ਕਰਕੇ ਸੁੱਖ ਨਹੀਂ ਪਾ ਸਕਦੇ ਬਈ। ਅੱਛਾ, ਹਾਂਜੀ, ਅਤੇ ਹੌਲੀ ਹੌਲੀ ਸਰ ਮੈਂ ਰੱਬ ਦੇ ਘਰ ਜਾਣਾ ਸਟਾਰਟ ਕਰਤਾ, ਥੋੜ੍ਹਾ ਚਰਚ ਵਗੈਰਾ ਜਾਣਾ ਸਟਾਰਟ ਕਰਤਾ। ਅੱਛਾ, ਅਤੇ ਮਤਲਬ ਕਿ ਰੱਬ ਦਾ ਘਰ ਮਤਲਬ ਕਿ ਤੁਹਾਨੂੰ ਬਚਾ ਗਿਆ? ਬਿਲਕੁਲ ਬਿਲਕੁਲ ਸਰ। ਅੱਛਾ, ਹਾਂਜੀ, ਜੇ ਮੈਂ ਚਰਚ ਨਾ ਜਾਂਦਾ ਤਾਂ ਸ਼ਾਇਦ ਮੈਂ ਸਟਾਲ ਵੀ ਨਾ ਖੋਲ੍ਹਦਾ ਬੜਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਜੁੜੇ ਹੋ ਸੁਰਖਾਬ TV ਦੇ ਨਾਲ, ਮੈਂ ਹਾਂ ਵੰਸ਼ਮ ਸਿੰਘ ਕੰਵਲ। ਇਸ ਵਾਰ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ 'ਚ ਤੁਹਾਨੂੰ ਅਸੀਂ ਇੱਕ ਚਾਹ ਵਾਲੇ ਕੋਲ ਲੈ ਕੇ ਆਏ ਹਾਂ, ਪਰ ਇਹ ਚਾਹ ਦਾ ਕੋਨਸੈਪਟ ਹੀ ਬੜਾ ਵੱਖਰਾ ਹੈ, ਜਿਸ ਦੇ ਵਿੱਚ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਚਾਹ ਪੀਓ ਅਤੇ ਕੱਪ ਖਾਓ। ਇਹ ਜਿਹੜਾ ਕੋਨਸੈਪਟ ਹੈ ਇੱਕ ਡਿਫਰੈਂਟ ਕੋਨਸੈਪਟ ਹੈ, ਇੱਕ 2 ਨੌਜਵਾਨਾਂ ਵੱਲੋਂ ਜਾਂ ਇੱਕ ਨੌਜਵਾਨ ਵੱਲੋਂ ਜੋ ਹੈ ਖੋਲ੍ਹਿਆ ਗਿਆ, ਅਤੇ ਇੱਥੇ ਅਸੀਂ ਉਹਨਾਂ ਦੇ ਕਾਰਡ ਦੇ ਉੱਤੇ ਮੌਜੂਦ ਹਾਂ, ਤੁਸੀਂ ਦੇਖ ਸਕਦੇ ਹੋ ਇਹ ਦੋਵੇਂ ਨੌਜਵਾਨ ਨੇ ਜੋ ਕਿ ਕੰਮ ਕਰਦੇ ਨੇ। ਇਹ ਚਾਹ ਪੀਓ ਅਤੇ ਕੱਪ ਖਾਓ ਦਾ ਵੱਖਰਾ ਹੀ ਕੋਨਸੈਪਟ ਹੈ ਇਹਨਾਂ ਦਾ, ਅਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਕਿ ਕੀ ਆਖਿਰ ਕਿਹੜਾ ਕੋਨਸੈਪਟ ਹੈ, ਕਿੱਥੋਂ ਲੈ ਕੇ ਕੀ ਦਿਮਾਗ 'ਚ ਆਇਆ ਸੀਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਜੀ ਬੋਲਾ? ਸਰ ਮੋਹਿਤ। ਅਤੇ ਆਹ ਜਿਹੜਾ ਕਹਿੰਦੇ ਕਿ ਤੁਸੀਂ ਕੋਨਸੈਪਟ ਸ਼ੁਰੂ ਕੀਤਾ ਚਾਹ ਪੀਓ ਕੱਪ ਖਾਓ, ਇਹ ਸੱਚ? ਹਾਂਜੀ ਹਾਂਜੀ ਸੱਚ ਹੈ ਸਰ, ਸੱਚ ਹੈ। ਕੀ ਹੈ ਕੀ ਕੋਨਸੈਪਟ? ਇਹ ਸਰ ਵੇਫਰ ਵਾਲੇ ਕੱਪ ਹੈਗੇ ਆ, ਤੁਸੀਂ ਚਾਹ ਦੇ ਨਾਲ ਨਾਲ ਖਾ ਵੀ ਸਕਦੇ ਜੇ, ਪੀਂਦਿਆਂ ਹੀ। ਹਾਂਜੀ, ਤੋਂ ਸ਼ੁਰੂ ਕੀਤਾ ਸੀ ਇਹ ਕੰਮ, ਕਿਸ ਤਰ੍ਹਾਂ ਦਿਮਾਗ 'ਚ ਆਈਡੀਆ ਹੈ? ਸਰ ਇਹ ਆਪਾਂ ਨੂੰ ਤਾਂ 15 ਦਿਨ ਹੀ ਹੋਏ ਨੇ ਸਟਾਰਟ ਕੀਤਿਆਂ ਨੂੰ। ਹਾਂਜੀ, ਸਟਾਰਟ ਕੀਤਿਆਂ ਨੂੰ 15 ਦਿਨ ਹੀ ਹੋਏ ਨੇ। ਅੱਛਾ, ਅਤੇ ਆਈਡੀਆ ਤਾਂ ਵੱਡੇ ਬ੍ਰਦਰ ਦੇ ਦਿਮਾਗ 'ਚ ਆਇਆ ਸੀਗਾ, ਉਹ ਅਹਿਮਦਾਬਾਦ ਗਏ ਸੀ, ਉਹਨਾਂ ਨੇ ਸਾਰਾ ਸੈਟਅਪ ਉੱਥੇ ਦੇਖਿਆ, ਉਹਨਾਂ ਨੇ ਸੋਚਿਆ ਕਿ ਆਪਣੇ ਅੰਮ੍ਰਿਤਸਰ 'ਚ ਵੀ ਇਹ ਚੀਜ਼ ਹੋਣੀ ਚਾਹੀਦੀ ਆ। ਮਤਲਬ ਕੀ ਕਹਿ ਸਕਦੇ ਅੰਮ੍ਰਿਤਸਰ ਜੀ, ਪੰਜਾਬ 'ਚ ਪਹਿਲੀ ਤੁਸੀਂ ਸ਼ੁਰੂ ਕੀਤੀ? ਹਾਂਜੀ, ਪੂਰੇ ਪੰਜਾਬ 'ਚ ਪਹਿਲਾ ਸਟਾਲ ਆਪਣਾ ਹੀ ਹੈ ਸਰ, ਕਾਕਾ ਚਾਹ ਵਾਲਾ। ਅੱਛਾ, ਹਾਂਜੀ, ਅਤੇ ਕੱਲੀ ਚਾਹ ਹੀ ਹੁੰਦੀ ਕੁਛ ਹੋਰ ਵੀ ਨਾਲ? ਸਰ ਫਿਲਹਾਲ ਆਪਣੇ ਕੋਲ ਚਾਹ ਵਾ, ਆਉਣ ਵਾਲੇ ਸਮੇਂ 'ਚ ਆਪਾਂ ਸੈਂਡਵਿਚ ਵਗੈਰਾ ਰੱਖਾਂਗੇ, ਗ੍ਰਿਲ ਸੈਂਡਵਿਚ ਵਗੈਰਾ ਨਾਲ। ਹਾਂਜੀ, ਇੱਕ ਹੋਰ ਕੀ ਟਾਈਪ ਦੀ ਚਾਹ ਬਣਾ ਲੈਂਦੇ ਤੁਸੀਂ? ਸਰ ਆਪਣੇ ਕੋਲ ਲਾਚੀ ਫਲੇਵਰ ਹੈਗਾ ਜੇ, ਕੜਕ ਮਸਾਲਾ ਹੈਗਾ ਜੇ, ਅਤੇ ਚੋਕਲੇਟ ਫਲੇਵਰ ਹੈਗਾ ਆਪਣੇ ਕੋਲ, ਅਤੇ ਜਿੰਜਰ ਫਲੇਵਰ ਹੈਗਾ। ਹਾਂਜੀ, ਚਾਰ ਤਰ੍ਹਾਂ ਦੀ ਆਪਣੇ ਕੋਲ ਚਾਹ ਹੈਗੀ ਸਰ। ਤੁਹਾਨੂੰ ਸ਼ੁਰੂ ਕੀਤੇ ਨੂੰ ਹੁਣੇ ਟਾਈਮ ਹੋਇਆ ਵਾ, ਅਤੇ ਕਿਸ ਤਰ੍ਹਾਂ ਦਾ ਮਤਲਬ ਲੋਕਾਂ ਦਾ ਵੇਖਣ ਦਾ ਰਿਸਪੋਂਸ ਆ ਰਿਹਾ ਸੀ? ਸਰ ਰਿਸਪੋਂਸ ਤਾਂ ਬਹੁਤ ਵਧੀਆ ਹੈਗਾ ਜੇ ਆਪਾਂ ਨੂੰ,
15 ਦਿਨਾਂ 'ਚ ਹੀ ਕਾਫੀ ਵੀਡੀਓ ਵਗੈਰਾ ਮਤਲਬ ਬਣੀਆਂ ਨੇ, ਤੇ ਉਹਨਾਂ ਨੇ ਕਾਫੀ ਕਸਟਮਰ ਆਉਂਦੇ ਪਏ ਇੱਥੇ। ਹਾਂਜੀ, ਉਤਨਾ ਵੀਡੀਓ ਬਣਾ ਨਹੀਂ ਲੋਕਾਂ ਨੂੰ ਇੰਨਾ ਪਤਾ। ਹਾਂਜੀ, ਤੇ ਬੈਕਗਰਾਊਂਡ ਜਾਣਨਾ ਚਾਹਾਂਗੇ, ਤੁਹਾਡੀ ਬੈਕਗਰਾਊਂਡ ਕੀ ਹੈ, ਕਿਸ ਤਰ੍ਹਾਂ ਘਰ ਪਰਿਵਾਰ, ਪੜ੍ਹਾਈ ਲਿਖਾਈ ਕਿਸ ਤਰ੍ਹਾਂ, ਸਾਰਾ ਦੱਸੋ। ਮੈਂ ਸਰ ਉਤਨਾ ਪਲੱਸ 2 ਕੀਤੀ ਹੋਈ ਆ, ਪਲੱਸ 2 ਪਾਸ ਆ ਮੈਂ, ਸਰਵੇ ਵਗੈਰਾ ਮੈਂ ਕੀਤਾ 1.5 ਸਾਲ ਕੰਮ। ਅੱਛਾ, ਤੇ ਇੱਥੇ ਰਤਨ ਸਿੰਘ ਚੌਂਕ ਹੀ ਆਪਾਂ ਸਰ ਰਹਿੰਦੇ ਹਾਂ। ਹਾਂਜੀ, ਤੇ ਘਰ 'ਚ ਸਰ ਮੰਮਾ ਹੈਗੇ ਆ, ਪਾਪਾ ਵਾ ਮੇਰੇ, ਬ੍ਰਦਰ ਆ, ਅੱਛਾ, ਸਿਸਟਰ ਹੈ ਮੇਰੇ, ਅਤੇ ਭਾਬੀ ਅਤੇ ਇੱਕ ਬੇਟੀ ਉਹਨਾਂ ਦੀ। ਅੱਛਾ, ਹਾਂਜੀ। ਅਤੇ ਸਟੱਡੀ ਤੁਸੀਂ ਕੀਤੀ ਸੀ, ਉਸ ਤੋਂ ਬਾਅਦ ਸਟੱਡੀ ਤੁਸੀਂ ਅੱਗੇ ਕਿਉਂ ਨਹੀਂ ਕੀਤੀ, ਅੱਗੇ ਕੋਈ ਫਰਦਰ ਸਟੱਡੀ? ਸਰ ਮੈਂ ਐਕਚੁਲੀ ਨਾ ਫਾਈਨੈਂਸ਼ਲੀ ਨਾ ਸਟਰੋਂਗ ਨਹੀਂ ਹੈਗਾ। ਅੱਛਾ, ਮੈਂ ਜਰਨਲ 'ਚ ਆਉਂਦਾ ਵਾ ਨਾ। ਅੱਛਾ, ਅਤੇ ਇਸ ਕਰਕੇ ਮੈਂ ਯੂਨੀਵਰਸਿਟੀ ਪੜ੍ਹਨਾ ਚਾਹੁੰਦਾ ਸੀਗਾ। ਅੱਛਾ, ਅਤੇ ਉਹ ਫਾਈਨੈਂਸ਼ਲੀ ਸਟਰੋਂਗ ਕਰਕੇ ਮੈਂ ਪੜ੍ਹ ਨਹੀਂ ਪਾਇਆ, ਫਿਰ ਆਪਾਂ ਇੱਥੇ ਸੈਟਅਪ ਖੋਲ ਲਿਆ ਚਾਹਦਾ। ਹਾਂਜੀ, ਯੂਨੀਵਰਸਿਟੀ ਕੀ ਮਤਲਬ ਕਿ ਕੀ ਕਰਨਾ, ਕੀ ਚਾਹੁੰਦੇ ਸੀ ਕਿ PA ਜੁਆਇੰਟ LLB ਕਰਨਾ ਚਾਹੁੰਦਾ ਸੀਗਾ ਸਰ ਮੈਂ। ਹਾਂਜੀ, ਵਕਾਲਤ ਤੋਂ ਗੱਲ। ਹਾਂਜੀ ਹਾਂਜੀ, ਕਾਲਾ ਕੋਟ ਪਸੰਦ? ਬਿਲਕੁਲ ਬਿਲਕੁਲ ਸਰ, ਕਾਲਾ ਕੋਟ। ਹਾਂਜੀ ਹਾਂਜੀ। ਅਤੇ ਇਹ ਜਿਹੜਾ ਤੁਸੀਂ ਅੱਗੇ ਦੇ ਦੇਖਿਆ ਜਾਵੇ, ਤਾਂ ਵੈਸੇ ਤੁਹਾਡੇ ਦਿਮਾਗ 'ਚ ਆਇਆ ਨਹੀਂ ਕਿ ਮੈਂ ਬਾਹਰ ਚਲੇ ਜਾਵਾਂ ਜਾਂ ਕੁਛ ਵੱਖਰਾ, ਕਿਉਂਕਿ ਨੌਜਵਾਨ ਸੋਚਦੇ ਨੇ ਚਲੋ ਬਾਹਰ ਚਲ ਜਾਂਦੇ, ਕਰਜ਼ਾ ਤਾਂ ਉੱਤਰ ਹੀ ਜਾਂਦਾ। ਸਰ ਜਾਣਾ ਤਾਂ ਮੈਂ ਵੀ ਚਾਹੁੰਦਾ ਸੀਗਾ, ਪਰ ਮੇਰੇ ਵੱਡੇ ਬ੍ਰਦਰ ਕਹਿੰਦੇ ਆ ਕਿ ਨਹੀਂ, ਤੂੰ ਇੱਥੇ ਪਹਿਲੇ ਮਿਹਨਤ ਕਰ, ਉਹ ਜ਼ਿਆਦਾ ਜ਼ਰੂਰੀ ਹੈ, ਜੇ ਤੂੰ ਇੱਥੇ ਕਰ ਲਏਗਾ ਤਾਂ ਫਿਰ ਬਾਹਰ ਵੀ ਕਰ ਸਕਦਾ। ਅੱਛਾ, ਕਦੇ ਉਹਨਾਂ ਨੇ ਆਹ ਸੈਟਅਪ ਦਿੱਤਾ ਮੈਨੂੰ ਖੋਲ੍ਹ ਕੇ ਸਰ ਆਪਣਾ। ਹਾਂਜੀ, ਅਤੇ ਵੈਸੇ ਦੇਖਿਆ ਜਾਵੇ ਤਾਂ ਕਈ ਨੌਜਵਾਨ ਤਾਂ ਨਸ਼ੇ 'ਚ ਵੀ ਵੜ ਜਾਂਦੇ ਨੇ, ਕਿੱਦਾਂ ਹੈ ਨਾ, ਅਤੇ ਤੁਹਾਡਾ ਕੀ ਮਤਲਬ ਕਿ ਤੁਸੀਂ ਤੁਹਾਡੀ ਬੈਟਿੰਗ ਖਲੋਣੀ ਜਾਂ ਕਿਸ ਤਰ੍ਹਾਂ, ਤੁਹਾਨੂੰ ਤੁਸੀਂ ਡਾਈਵਰਟ ਨਹੀਂ ਹੋਏ ਕਿ ਕਿਸੇ ਨੇ ਕਿਹਾ ਹੋਵੇ ਕਿ ਆਇਆ ਨਾ ਹੈਗਾ ਕਿ ਤੁਸੀਂ ਡਾਈਵਰਟ ਨਹੀਂ ਹੋਏ? ਸਰ ਨਸ਼ੇ 'ਤੇ ਚਲੋ ਮੈਂ ਝੂਠ ਨਹੀਂ ਮਾਰਾਂਗਾ, ਪਹਿਲੇ ਸਮੇਂ 'ਚ ਮੈਂ ਵੀ ਕਰਦਾ ਸੀਗਾ, ਜਿੱਦਾਂ ਦਾਰੂ ਵਗੈਰਾ ਪੀ ਲੈਣੀ। ਅੱਛਾ, ਜਾਂ ਜਿਸ ਤਰ੍ਹਾਂ ਕੋਈ ਹੋਰ ਨਸ਼ਾ ਕਰ ਲੈਣਾ ਬਈ, ਪਰ ਜਿਹੜੀ ਮੇਨ ਚੀਜ਼ ਹੈਗੀ ਨਾ ਸਰ, ਆਪਾਂ ਮਾਂ ਪਿਓ ਨੂੰ ਆਪਣੇ ਨੂੰ ਦੁਖੀ ਕਰਕੇ ਸੁੱਖ ਨਹੀਂ ਪਾ ਸਕਦੇ ਬਈ। ਅੱਛਾ, ਹਾਂਜੀ, ਅਤੇ ਹੌਲੀ ਹੌਲੀ ਸਰ ਮੈਂ ਰੱਬ ਦੇ ਘਰ ਜਾਣਾ ਸਟਾਰਟ ਕਰਤਾ, ਥੋੜ੍ਹਾ ਚਰਚ ਵਗੈਰਾ ਜਾਣਾ ਸਟਾਰਟ ਕਰਤਾ। ਅੱਛਾ, ਅਤੇ ਮਤਲਬ ਕਿ ਰੱਬ ਦਾ ਘਰ ਮਤਲਬ ਕਿ ਤੁਹਾਨੂੰ ਬਚਾ ਗਿਆ? ਬਿਲਕੁਲ ਬਿਲਕੁਲ ਸਰ। ਅੱਛਾ, ਹਾਂਜੀ, ਜੇ ਮੈਂ ਚਰਚ ਨਾ ਜਾਂਦਾ ਤਾਂ ਸ਼ਾਇਦ ਮੈਂ ਸਟਾਲ ਵੀ ਨਾ ਖੋਲ੍ਹਦਾ ਬੜਾ। ਅੱਛਾ, ਹਾਂਜੀ, ਕਿਉਂਕਿ ਫਿਰ ਤੁਹਾਨੂੰ ਪਤਾ ਡਿੱਗਦਾ ਡਿੱਗਦਾ ਬੰਦਾ ਬੜਾ ਥੱਲੇ ਡਿੱਗ ਜਾਂਦਾ ਸਰ। ਹੁਣ ਅੱਜ ਕੱਲ੍ਹ ਤੁਸੀਂ ਵੇਖੇ ਹੋਣੇ ਨਿੱਕੇ ਨਿੱਕੇ ਬੱਚੇ ਨਸ਼ਿਆਂ 'ਚ ਲੱਗੇ ਹੋਏ ਨੇ, ਇਸ ਕਰਕੇ। ਅਤੇ ਕੀ ਇੱਕ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਨੌਜਵਾਨ ਦੇਖ ਰਹੇ ਨੇ, ਤੁਸੀਂ ਵੀ ਨਸ਼ੇ ਤੋਂ ਬਾਹਰ ਨਿਕਲਿਓ, ਅਕਸਰ ਲੋਕ ਕਹਿੰਦੇ ਸਾਡੇ ਕੋਲ ਨਸ਼ੇ 'ਚ ਬਾਹਰ ਨਹੀਂ ਨਿਕਲਿਆ ਜਾਂਦਾ, ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਕੰਮ ਦੀ ਕੋਈ ਸ਼ਰਮ ਨਾ ਕਰਨ, ਕਿ ਅਸੀਂ ਪਲੱਸ 2 ਕੀਤੀ ਆ, ਅਸੀਂ BA ਕੀਤੀ ਆ, ਅਤੇ ਅਸੀਂ ਰੇਹੜੀ ਨਹੀਂ ਖੋਲ ਸਕਦੇ ਜਾਂ ਅਸੀਂ ਆਟੋ ਨਹੀਂ ਚਲਾ ਸਕਦੇ। ਕੰਮ ਭਾਈ ਕੋਈ ਛੋਟਾ ਵੱਡਾ ਨਹੀਂ ਹੈਗਾ, ਬਸ ਮਿਹਨਤ ਕਰੋ ਆਪਣੀ, ਪਰਮਾਤਮਾ ਨੇ ਜਦੋਂ ਸੁਣਨੀ ਉਹਨੇ ਸੋਹਣੀ ਲੈਣੀ ਆ। ਅੱਛਾ, ਹਾਂਜੀ, ਮੈਂ ਦੇਖ ਰਿਹਾ ਕਿ ਤੁਸੀਂ ਮਤਲਬ ਕਿ ਬੜਾ ਗਲਵਸ ਗਲੂਵਸ ਪਾ ਕੇ ਕੰਮ ਕਰ ਰਹੇ ਹੋ, ਅਤੇ ਨੀਟ ਐਂਡ ਕਲੀਨ, ਤੁਹਾਡਾ ਕੋਨਸੈਪਟ ਵੀ ਬੜਾ ਵਧੀਆ। ਇਹ ਸਰ ਐਕਚੁਲੀ ਮੈਂ ਸਰਵੇ ਕੰਮ ਕੀਤਾ ਸੀ ਨਾ, ਤੁਹਾਨੂੰ ਦੱਸਦਾ ਪਿਆ 1.5 ਸਾਲ, ਉੱਥੋਂ ਹੀ ਮੈਂ ਬਸ ਹਾਈਜੀਨ ਦਾ ਸਿੱਖਿਆ ਕਿ ਯਾਰ ਸਾਫ਼ ਸਫਾਈ ਚੀਜ਼ ਦੇਵਾਂਗੇ ਕਸਟਮਰ ਨੂੰ, ਫਿਰ ਹੀ ਕਸਟਮਰ ਦੁਬਾਰਾ ਆਉਂਦਾ ਆਪਣੇ ਕੋਲ ਸਰ, ਇਸ ਕਰਕੇ। ਅੱਛਾ, ਅਤੇ ਹੁਣ ਮਤਲਬ ਕਿ ਜਿਹੜਾ ਤੁਸੀਂ ਉਹ 'ਚ ਕਿਹੜੇ ਕਿਸ ਹੋਰ ਟਾਈਪ ਦੀ ਚਾਹ ਹੁੰਦੀ ਆ? ਸਰ ਆਪਣੇ ਕੋਲ 4 ਫਲੇਵਰ ਹੀ ਹੈਗੇ, ਤੁਹਾਨੂੰ ਦੱਸਦਾ ਪਿਆ ਮੈਂ, ਲਾਚੀ, ਚੋਕਲੇਟ, ਜਿੰਜਰ, ਅਤੇ ਆਪਣਾ ਕੜਕ ਮਸਾਲਾ। ਹਾਂਜੀ, ਅਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਵੱਲੋਂ ਜਿਹੜਾ ਕਿ ਜਿਹੜਾ ਕੰਮ ਖੋਲ੍ਹਿਆ ਗਿਆ ਵਾ, ਅਤੇ ਇੱਕ ਦੇਖਿਆ ਜਾਵੇ ਕਿ ਵੈਫਰ ਵਾਲੀ ਜਿਹੜਾ ਕੱਪ ਦੀ ਗੱਲ ਕੀਤੀ ਗਈ ਸੀਗੀ, ਇੱਕ ਕਿ ਵੈਫਰ ਵਾਲਾ ਕੱਪ ਜਿਹੜਾ ਹੈ ਜਿਸ ਵਿੱਚ ਚਾਹ ਪਾਈ ਜਾਂਦੀ ਹੈ, ਅਤੇ ਉਹੀ ਇਹਨਾਂ ਵੱਲੋਂ ਜੋ ਹੈ ਕਿ ਬਣਾਇਆ ਗਿਆ ਵਾ, ਅਤੇ ਉਹਦੇ 'ਚ ਚਾਹ ਬਣਾਇਆ, ਪਰ ਇੱਕ ਵੱਖਰੀ ਇੱਕ ਸਟੋਰੀ, ਬੈਕਗਰਾਊਂਡ ਸਟੋਰੀ ਇਹ ਹੈ ਕਿ ਖੁਦ ਵੀ ਨਸ਼ਿਆਂ ਦੇ ਵਿੱਚ ਸੀਗੇ, ਪਰ ਦੱਸਿਆ ਨਸ਼ਿਆਂ ਦਾ ਕਿ ਮੈਂ ਕਰਦਾ ਰਿਹਾ ਵਾਂ ਪਰ ਮੈਂ ਬਾਹਰ ਨਿਕਲਿਆ, ਕਿਉਂਕਿ ਰੱਬ ਦਾ ਨਾਮ ਹੈ ਜਿਹੜਾ ਬਾਹਰ ਕਿਤੇ ਨਾ ਕਿਤੇ ਲੋਕਾਂ ਨੂੰ ਕੱਢ ਦਿੰਦਾ, ਅਤੇ ਇਹਨਾਂ ਨੂੰ ਵੀ ਜੋ ਹੈ ਕਿ ਰੱਬ ਨੇ ਹੀ ਮਦਦ ਕੀਤੀ ਹੈ ਕਿ ਜਿਹਨਾਂ ਨੇ ਬਾਹਰ ਕੱਢਿਆ ਵਾ, ਪਰ ਦੇਖਿਆ ਜਾਵੇ ਕਿ ਅਕਸਰ ਹੀ ਲੋਕ ਜਿਹੜੇ ਨੇ ਇਸ ਚੀਜ਼ ਤੋਂ ਬਾਹਰ ਨਹੀਂ ਨਿਕਲ ਪਾਉਂਦੇ, ਪਰ ਇਹਨਾਂ ਵੱਲੋਂ
ਵੱਲੋਂ ਕੋਈ ਸ਼ਰਮ ਨਹੀਂ ਕੀਤੀ ਗਈ। ਆਪਣਾ ਜਿਹੜਾ ਕਿ ਖੋਲ੍ਹਿਆ ਗਿਆ ਵਾ, ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਦੋਵੇਂ ਜਿਹੜੇ ਨੇ ਨੌਜਵਾਨ ਨੇ ਇੱਥੇ ਕੰਮ ਕਰ ਰਹੇ ਨੇ। ਜਿਹੜਾ ਆਪਣਾ ਕੱਪ ਜਿਹੜਾ, ਤਾਂ ਤੁਹਾਨੂੰ ਮੇਨ ਜਿਹੜੀ ਗੱਲ ਕੀਤੀ ਗਈ ਸੀਗੀ, ਚਾਹ ਵਾਲਾ ਕੱਪ, ਵੈਫਰ ਵਾਲਾ ਕੱਪ, ਉਹ ਇਹ ਕੱਪ ਹੈ ਜਿਹੜਾ ਤੁਸੀਂ ਆਪਣੇ ਸਕਰੀਨ 'ਤੇ ਦੇਖ ਰਹੇ ਹੋ। ਇਸ ਕੱਪ ਦੇ ਵਿੱਚ ਹੀ ਨਾ ਜੋ ਚਾਹ ਬਣਾਈ ਜਾਂਦੀ ਹੈ, ਚਾਹ ਪਿਆਈ ਜਾਂਦੀ ਆ, ਅਤੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਬੜਾ ਵਧੀਆ ਰਿਸਪੋਂਸ ਆ ਰਿਹਾ, ਕਿਉਂਕਿ ਲੋਕ ਵੀ ਇਹਨਾਂ ਦੇ ਕੋਲ ਚਾਹ ਪੀਣ ਆਉਂਦੇ ਨੇ ਦੂਰੋਂ ਦੂਰੋਂ। ਇੱਥੇ ਇੱਕ ਹੋਰ ਸੁਪਨਾ ਸੀਗਾ ਇਹਨਾਂ ਦਾ ਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੜ੍ਹ ਸਕਾਂ, ਪਰ ਕਿਤੇ ਨਾ ਕਿਤੇ ਸੁਪਨਾ ਪੂਰਾ ਤਾਂ ਨਹੀਂ ਹੋ ਸਕਿਆ, ਅਤੇ ਯੂਨੀਵਰਸਿਟੀ ਦੇ ਬਾਹਰ ਹੀ ਇਹਨਾਂ ਨੂੰ ਰੇੜੀ ਲਾਉਣੀ ਪਈ ਹੈ। ਪਰ ਆਪਣੀ ਮਿਹਨਤ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ, ਸ਼ਰਮ ਨਹੀਂ ਕਰ ਰਹੇ ਨੇ ਕਿ ਅਸੀਂ ਰੇੜੀ ਲਾਈ ਹੈ ਚਾਹ ਦੀ। ਇਹ ਕਿਤੇ ਨਾ ਕਿਤੇ ਇੱਕ ਲੋਕਾਂ ਲਈ ਮਿਸਾਲ ਬਣ ਰਹੇ ਨੇ ਕਿ ਜੇ ਅਸੀਂ ਵੀ ਕੰਮ ਕਰ ਸਕਦੇ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਵੀ ਆਸ ਕਰਦੇ ਹਾਂ ਕਿ ਤੁਹਾਨੂੰ ਇਸ ਵੀਡੀਓ ਦੇਖ ਕੇ ਵਧੀਆ ਲੱਗਿਆ ਹੋਏਗਾ, ਅਤੇ ਤੁਹਾਡੇ ਲਈ ਵੀ ਇਹ ਵੀਡੀਓ ਮੋਟੀਵੇਸ਼ਨਲ ਹੋਏਗੀ। ਵੰਸ਼ਿਪਸ ਕਵਰ, ਸੁਰਖਾਬ ਟੀਵੀ, ਅੰਮ੍ਰਿਤਸਰ।